सत श्री अकाल दोस्तों, अज तुहाडी मुलाकात असीं करा रहे हैं जाने माने जिन्हां नूं तुसीं जानदे हो, पिंकी कैट जी दे नाल। पिंकी कैट जी सिर्फ साढ़े स्टूडियो दे विच, जिथे मैं इस वेले लाइव टेलीकास्ट कर रहा हां उत्थे पहुंच गए ने। मैं तुहाडी सीधी मुलाकात करावांगा पिंकी कैट जी दे नाल। सो पेश करदे हां पिंकी कैट जी। आ रहे हैं जी? हां जी भाजी, पहुंच गए जी, पहुंच गए। ओके जी, सत श्री अकाल पिंकी कैट जी। मैं सब तो पहला पूछना चाहांगा कि तुहाडा नाम पिंकी कैट किवें पिया? होया जी रल के गुजारांगे रात गल्ला करे दिन ना चढ़े। सॉरी सर, सॉरी, एक्चुअली ना माइक देख के मेरा गाना निकल जाता। सॉरी सर। सत श्री अकाल। एक्चुअली सर, मेरा ना पिंकी छोटे होंदे तो पिया गया, क्योंकि मैनू ना पिंकी कैट जिदा मैं जंगली बिल्ली कहते सी, मैं छोटे होंदे तो ना मेरा जंगली काम सी गे मेरे, है ना। फिर मेरे घरदिया ने मेरा ना पिंकी कैट ही रख दिता, है ना। नटी। देखो जी, छोटे होंदे तो ही, छोटे होंदे तो ही ध्यान दिता जाए इस गल ते, छोटे होंदे तो ही कैट, छोटे होंदे तो ही इस काम प्रति इन्हां दी। सर हौली बोलो, नाड़ ना फटा लियो अपनी। ओ तू चुप कर ओए, नाड़ फट जानी है, इंटरव्यू इदां दे हुंदी आ। खैर छोड़ो दोस्तो, असीं अगला सवाल पुछदे आ पिंकी जी। भाई ਤੁਸੀਂ ਆਪਣੇ ਸਰਕਾਰ ਨਾਲ ਤੁਹਾਡਾ ਤਾਲਮੇਲ ਕਿੱਦਾਂ ਚੱਲਦਾ ਸੀ, ਉਸ ਸਮੇਂ ਕੀ ਕੀ ਕਾਰਵਾਈ ਸੀ? ਸਰਕਾਰ ਨਾਲ ਸਾਡੇ ਸਰ ਕੋਈ ਖਾਸ ਰਿਲੇਸ਼ਨ ਨਹੀਂ, ਸਰਕਾਰ ਨੂੰ ਮੈਂ ਲਾਈਕ ਨਹੀਂ ਕਰਦੀ। ਸਾਡੇ ਬਾਰ ਕਲੱਬ, ਸਾਡੇ ਸਾਰੇ ਜਿੰਨੇ ਵੀ ਅਖਾੜੇ ਮੈਂ ਲਾਉਂਦੀ ਹਾਂ ਉਹ ਬੰਦ ਕਰਾ ਰਹੇ ਆ ਸਰ। ਪਤਾ ਨਹੀਂ ਕਿਹੜਾ ਸੱਭਿਆਚਾਰ ਨੂੰ ਲੱਭ ਰਿਹਾ ਸਰ, ਮੈਂ ਲਾਈਕ ਨਹੀਂ ਕਰਦੀ ਸਰ। ਸਾਰੇ ਅਖਾੜੇ ਮੇਰੇ, ਸਾਰੇ ਜਿੰਨੇ ਵੀ ਮੈਂ ਡਾਂਸ ਪ੍ਰੋਗਰਾਮ ਜਿੰਨੇ ਵੀ ਮੇਰੇ ਹੁੰਦੇ ਸਾਰੇ ਸਰਕਾਰ ਬੰਦ ਕਰਾ ਰਹੀ ਹੈ ਸਰ। ਮੈਂ ਲਾਈਕ ਨਹੀਂ ਕਰਦੀ ਸਰਕਾਰ ਨੂੰ ਸਰ, ਆਈ ਰੀਅਲੀ ਡੋਂਟ ਲਾਈਕ ਇਟ ਟੂ ਬੀ ਓਨੈਸਟ। ਨਟੀ। ਸਰਕਾਰ, ਸਰਕਾਰ ਤੁਹਾਡੇ ਬਾਰ ਕਾਹਤੋਂ ਬੰਦ ਕਰੋਗੀ? ਮੈਨੂੰ ਕੁਝ ਸਮਝ ਨਹੀਂ ਆਈ, ਬਾਰ, ਡਾਂਸ, ਖਾੜੇ ਮੇਲੇ, ਇਹ ਕੀ ਕਰੀ ਜਾਂਦੇ ਤੁਸੀਂ? ਹੱਦ ਹੋ ਗਈ ਸਰ। ਮੈਨੂੰ ਕੀ ਪਤਾ ਕੀ ਕਰ ਰਹੇ ਤੁਸੀਂ ਸਰ, ਇਹ ਤੁਹਾਡਾ ਲੰਡੂ ਜਿਹਾ ਬੰਦਾ ਕੋਈ ਚੱਕ ਲਿਆ ਮੈਨੂੰ ਕਹਿੰਦਾ ਵੀ ਤੁਹਾਡਾ ਨਾਂ ਪਿੰਕੀ ਕੈਟ। ਮੈਂ ਕਿਹਾ ਹਾਂ, ਖਾੜਿਆਂ ਦੀ ਸ਼ਾਨ ਪਿੰਕੀ ਕੈਟ, ਤੇ ਇਹ ਮੈਨੂੰ ਕਹਿੰਦਾ ਵੀ ਤੁਹਾਡੀ ਇੰਟਰਵਿਊ ਲੈਣੀ। ਮੈਂ ਕਿਹਾ ਕੁਛ ਵਧੀਆ ਇੰਟਰਵਿਊ, ਹਾਲੀਵੁੱਡ ਟਾਈਪ ਜਾਂ ਬਾਲੀਵੁੱਡ ਚ ਜਾਵਾਂਗੀ ਮੈਂ, ਤੇ ਪਤਾ ਨਹੀਂ ਕਿਹੜਾ ਕੀ ਕਰ ਰਹੇ ਤੁਸੀਂ, ਮੈਨੂੰ ਸਮਝ ਨਹੀਂ ਆ ਰਹੀ ਸਰ। ਮੈਂ ਤੁਹਾਡੇ ਕਰਕੇ ਪ੍ਰੋਗਰਾਮ ਛੱਡ ਕੇ ਆਈ ਆ, ਮੈਂ ਫਗਵਾੜੇ ਡਾਂਸ ਕਰਨਾ ਸੀ ਸਰ। ਕੀ ਕਰ ਰਹੇ ਤੁਸੀਂ? ਪਿੰਕੀ ਕੈਟ ਉਹਨੂੰ ਅਸਲੀ ਨੂੰ ਲੱਭੋ ਤੇ ਪੁੱਛੋ ਕੀ ਕੀਤਾ ਉਹਨੇ, ਮੇਰਾ ਕਾ ਤੁਸੀਂ ਰਖਾਣ ਦਾ ਤੁਸੀਂ ਹੈਂ, ਪਰਾ ਮਰੋ ਤੁਸੀਂ। ਓਕੇ ਬਾਏ। ਓ ਛੋਟੂ, ਆ ਗਲਤ ਪਿੰਕੀ ਫੜ ਲਿਆ ਤੂੰ, ਆ ਕੋਈ ਡਾਂਸਰ ਪਿੰਕੀ ਫੜ ਲਿਆ। ਮੈਂ ਤੈਨੂੰ ਪਿੰਕੀ ਕੈਟ ਦੀ ਕਿਹਾ ਸੀ, ਉਹ ਤੂੰ ਹੱਦ ਹੋ ਗਈ ਯਾਰ, ਕੀ ਹੈ ਯਾਰ ਤੁਸੀਂ? ਮੈਂ ਤਾਂ ਸੋਚਿਆ ਅਸਲੀ ਪਿੰਕੀ ਫੜ ਕੇ ਆ ਵੀ ਤੂੰ ਖੁਲਾਸਾ ਕਰਾਂਗੇ। ਕਮਾਲ ਹੋ ਗਈ ਯਾਰ, ਕੀ ਯਾਰ ਨਿਊਜ਼ ਦੇਣੀ ਤੇ ਕੀ ਗੱਲਾਂ ਕਰਨੀਆਂ। ਇਹ ਤਾਂ ਉਹਨਾਂ ਨੂੰ ਪਤਾ ਜਿਹਨਾਂ ਤੇ ਬੀਤੀ ਆ, ਇਹ ਪਿੰਕੀਆਂ ਸ਼ਿੰਕੀਆਂ ਨੇ ਪਤਾ ਨੀ ਕੀ ਕੀ ਕਰਾਇਆ। ਚਲੋ ਦੋਸਤੋ, ਮਾਫੀ ਮੰਗਦਾ ਆਪਣੇ ਪ੍ਰੋਗਰਾਮ ਲਈ, ਪਰ ਪਤਾ ਨੀ ਕਿਹੜੀ ਪਿੰਕੀ ਚੱਕ ਲਿਆ ਯਾਰ ਇਹ।